ਇੰਡੀਆ ਦੀ ਕੈਪਟਨ ਮਿਥਾਲੀ। ਲੈ ਫਿਰ ਨਾਸ਼ਤਾ ਵੀ ਅਗਲੀਆਂ ਨੇ ਕੈਪਟਨ ਦਾ ਹੀ ਕੀਤਾ ਈ। ਓਏ ਬੱਬੂ, ਮੈਂ ਪਹਿਲੀ ਵਾਰੀ ਇੰਨੀਆਂ ਮੱਖੀਆਂ ਇਕੱਠੀਆਂ ਵੇਖੀ ਤੇ ਇਹ ਜਿਹੜੀ ਆਂਡਾ ਲੈ ਕੇ ਡੋਲੀ 'ਚ ਬਹਿ ਗਈ ਹੈ। ਚੱਲ ਨਹੀਂ ਮਾਰ ਚੋਕਾ ਬੇਟਾ, ਰਾਹ 'ਚ ਲੁੱਕ ਦੀਆਂ ਡਰਮੀਆਂ ਵੀ ਪਈਆਂ ਨੇ। ਗੇਂਦ ਥੋੜ੍ਹੀ ਜਿਹੀ ਨੀਵੀਂ ਰਹਿ ਗਈ ਤੇ ਅੱਡੀ ਵਾਲੇ ਜੋਗਰ ਪਾ ਕੇ ਆ ਜਾਂਦੀ। ਲੈ ਵੀ ਹਰਮਨਪ੍ਰੀਤ ਆਈ ਆ, ਇਹ ਕੋਹਲੀ ਵਾਂਗੂ ਖੇਡਦੀ ਆ ਵੇਖੀ। ਆਹੋ, ਜਦੋਂ ਕੋਹਲੀ ਨੇ ਭੰਗ ਪੀਤੀ ਹੋਵੇ। ਸਿਰਫ 7 ਸਕੋਰ? ਹਾਂ ਤੇ ਥੋੜ੍ਹਾ ਇਹ ਤੇ 7 ਪੇੜੇ ਕਰਕੇ ਥੱਕ ਜਾਂਦੀ ਯਾਰ। ਇਹ ਕੌਣ ਆ? ਓਏ ਕੀ ਫਾਇਦਾ ਦੱਸਣ ਦਾ ਜਦ ਅਗਲੀਆਂ ਨੇ ਉਹਨੂੰ ਟਾਂਗ ਹੀ ਦਿੱਤਾ। ਯਾਰ ਇਹਦੇ ਆਊਟ ਹੋਣ ਦਾ ਮੈਨੂੰ ਬੜਾ ਦੁੱਖ ਹੋਇਆ। ਤੇ ਮਾਮਾ ਆਊਟ ਹੀ ਹੋਈ, ਉਹਨੂੰ ਕਿਹੜਾ ਦੂਜੀ ਵਾਰੀ ਤਲਾਕ ਹੋਈ ਹੈ। ਬੱਬੂ 15 ਕਹਿੰਦਾ ਤੇ 22 ਔਖਾ ਨਹੀਂ? ਲੈ ਬਈ, ਅੱਗੇ ਤਾਂ ਨਹੀਂ ਸੀ ਔਖਾ, ਲੇਕਿਨ ਹੁਣ ਫੰਦਾ ਟਾਈਟ ਹੋ ਗਈ। ਦੇਖੀ ਫਿਰ ਸੱਸਾਂ ਨੂੰ ਤੰਗ ਕਰਨ ਦਾ ਨਤੀਜਾ। ਬੱਬੂ ਇਹਨੇ ਅੱਗੇ ਛਿੱਕਾ ਮਾਰੇ, ਇਹ ਲੈ ਫਿਰ ਇੱਕ ਹੋਰ। ਪੁੱਤ ਅੱਗੇ ਕੂੜਾ ਚੁੱਕਣ ਵਾਲੀਆਂ ਖਲੋਤੀਆਂ ਨੇ। ਉਹ ਕਾਕੀ ਦੌੜ ਦੌੜ। ਲੈ ਕਦੀ ਘਰੋਂ ਦੌੜੀ ਹੋਵੇ ਤੁਹਾਨੂੰ ਪਤਾ ਹੋਵੇ ਉਹ ਕਿੱਡੀ ਲੰਬੀ ਹੈ ਯਾਰ। ਇਸ ਲਈ ਤੇ ਅਗਲਿਆਂ ਨੇ ਵਿਕਟ ਲੰਬੀ ਕਰ ਦਿੱਤੀ। 6 ਕਿੰਨਾ ਤੇ 10? ਤੂੰ ਹਿਸਾਬ 'ਚ ਪੈ ਗਿਆ, ਉਧਰ ਪਟਾਕਾ ਪੈ ਗਈ। ਇਹੋ ਜੀ ਕੁੜੀਆਂ 1 ਸਕੋਰ ਤੇ 1 ਬੁਰਕੀ ਖਾ ਕੇ ਰਾਜ ਜਾਂਦੀਆਂ ਨੇ। ਓਏ 3 ਕਿੰਨਾ ਤੇ 5? ਏ ਨਾ ਬੇਟਾ, ਅੱਜ ਬਾਨੋਮਤੀ ਐਕਸਪ੍ਰੈਸ ਲੇਟ ਆ। ਇਹਨੂੰ ਕਹਿੰਦੇ ਆ ਸਯਾਦ ਨੇ ਚਿਉਂਟੀ ਕੇ ਪਰ ਨੋਚ ਡਾਲੇ। ਮੈਚ ਤੇ ਇੱਕ ਛਿੱਕੇ ਦੀ ਮਾਰ ਆ, ਐ ਵੇਖ। ਮੈਂ ਤੇ ਵੇਖ ਰਿਹਾ, ਤੂੰ ਵੀ ਅੱਖਾਂ ਬੰਦ ਕਰਕੇ ਵੇਖ ਯਾਰ। ਐਂਡ ਨਹੀਂ ਚੰਗਾ ਹੋਇਆ ਮਾਮਾ, ਮੈਚ ਵੇਖਣ ਡਿਆ ਕਿ ਦੇਵਦਾਸ।